ਹਾਂਜੀ ਹੈਲੋ, ਹਾਂਜੀ ਹਾਂਜੀ ਭਾਨਾ ਗੱਲ ਕਰਦਾ? ਹਾਂਜੀ ਭਾਨੇ ਨਾਲ ਗੱਲ ਕਰਾ ਦਿਓ। ਪਾਨੇ ਬੋਲਦਾ ਬਾਈ, ਬੋਲੋ, ਕੌਣ ਬੋਲਦਾ? ਭਾਨੇ ਫੋਨ ਨਾ ਕੱਟੀ, ਠੀਕ ਹੈ? ਮੈਂ ਸਕਾਈਬਰਡ ਤੋਂ ਗੱਲ ਕਰਦਾ, ਠੀਕ ਹੈ? ਹਾਂ ਹਾਂ ਭਾਨੇ, ਐਂ ਕਰ ਰਿਕਾਰਡਿੰਗ ਲਾ ਲੈ। ਮੈਂ ਵੀ ਰਿਕਾਰਡਿੰਗ ਲਾਈ ਵੀ ਹੈ ਨਾ। ਭਾਨੇ ਰਿਕਾਰਡਿੰਗ ਲਾ ਲਈ ਹੈ ਨਾ? ਸੋ ਪਤਾ ਕਿਆ, ਦੇਖ ਆਪਾਂ ਮਰਿਆਦਾ ਚ ਰਹਿ ਕੇ ਗੱਲ ਕਰਨੀ ਹੈ, ਗੱਲ ਪੂਰੀ ਹੋਣੀ ਚਾਹੀਦੀ ਹੈ, ਕੱਟੀ ਨਾ ਫੋਨ, ਠੀਕ ਹੈ? ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ, ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ, ਇਹਨਾਂ ਦੇ ਪੈਸੇ ਵਾਪਸ ਕਰ ਦਿਓ। ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ, ਇਹੀ ਕਿਹਾ। ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਏ ਵੇ ਕਾਗਜ਼ਾਂ ਤੇ? ਸਾਡਾ ਪੱਖ ਸੁਣਿਆ? ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਉਹ ਕਰ ਦੂਗਾ, ਦੂਆ ਪੱਖ ਨੀ ਸੁਣਨਾ ਹੁੰਦਾ। ਨਹੀਂ, ਦੂਆ ਪੱਖ ਯਾਰ ਮੂਹਰੇ ਪੱਖ ਉਹਨਾਂ ਕੋਲ ਰੱਖ ਦੇ, ਤੂੰ ਆਪਦਾ ਰੱਖ ਦੇ ਪੱਖ, ਤੂੰ ਰੱਖ ਦੇ ਪੱਖ, ਤੂੰ ਰੱਖ ਦੇ, ਸਾਡਾ ਆਹ ਪੱਖ ਆ ਭਾਈ। ਅੱਛਾ, ਹਾਂ ਫਿਰ ਮਤਲਬ ਕੋਈ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਛ ਵੀ ਬੋਲ ਦੂੰਗਾ? ਨਹੀਂ, ਕੰਪਨੀ ਨੂੰ ਕਿਉਂ, ਬੰਦਿਆਂ ਨੇ ਕਿਹਾ, ਮੈਂ ਤੁਹਾਨੂੰ ਕਿਹਾ, ਉਹਨਾਂ ਨੇ ਕਿਹਾ ਕੰਪਨੀ, ਉਹਨਾਂ ਨੇ ਬੰਦਿਆਂ ਨੇ ਵੀ ਸਾਹਮਣੇ ਕਿਹਾ, ਬੰਦਿਆਂ ਨੇ ਕਹਿੰਦੇ ਵੀ ਸਾਡਾ ਨਾ ਕੰਮ ਹੋਇਆ। ਨਹੀਂ ਬੋਲੇ, ਬੋਲ ਤਾਂ ਤੂੰ ਰਿਹਾ, ਤੂੰ ਕਹਿੰਦਾ ਪੰਜਾਬ ਖਾਲੀ ਕਰਤਾ ਇਹਨਾਂ ਨੇ, ਠੱਗਾਂ ਨੇ, ਇਹਨਾਂ ਨੇ ਆਹ ਕਰ ਲਿਆ, ਉਹ ਕਰ ਲਿਆ। ਨਾਂ ਲੈ ਕੇ ਉਹਨਾਂ ਦੱਸਿਆ, ਇੱਥੇ ਤਾਂ ਘੱਟੋ ਘੱਟ 1000 ਬੰਦਾ ਸੀ ਕੱਚ। ਨਹੀਂ, 1000 ਬੰਦਾ, ਉਹ ਮੇਰੀ ਗੱਲ ਸੁਣ, 1000 ਬੰਦਾ ਹੋਵੇ ਚੱਲ, ਸਾਡੇ ਕੋਲ 10000 ਬੰਦਾ ਹੋਊਗਾ, ਬੰਦਿਆਂ ਦੀ ਗੱਲ ਨਹੀਂ ਹੈਗੀ, ਮੇਰੀ ਗੱਲ ਸੁਣ। ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀ ਆ, ਠੱਗੀ ਮਾਰੀ ਆ, ਕੋਈ ਕੁਛ ਕੀਤਾ? ਫਿਰ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ? ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕੇ ਵੀ ਉਹ ਸੱਚ ਬੋਲਦੇ ਕਿ ਝੂਠ ਬੋਲਦੇ? ਥਰਮਾਮੀਟਰ ਤੂੰ ਮੈਨੂੰ ਕਹਿੰਦਾ ਨਾ, ਮੇਰੇ ਕੋਲ ਇਹ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਸੁੱਟਤਾ ਸਾਰਾ ਕੁਛ, ਮੇਰੇ ਕੋਲ ਤਾਂ ਇਹ ਪ੍ਰੂਫ ਹੈ, ਮੇਰੇ ਕੋਲ ਤਾਂ ਇਹ ਪ੍ਰੂਫ ਹੈ ਕਿ ਕੋਈ ਪੰਜਾਬ ਦੇ ਵਿੱਚ ਰਹਿਣ ਨੂੰ ਤੇਰੇ 300 ਕਾਲਜ ਬੰਦ ਹੋ ਗਿਆ, 4 ਯੂਨੀਵਰਸਿਟੀ ਘੱਟ ਹੀ ਪ੍ਰੀਫਰ ਦੇਣ, ਮੇਰੇ ਕੋਲ ਤਾਂ ਇਹ ਪ੍ਰੂਫ ਹੈ, 300 ਕਾਲ ਪ੍ਰੂਫ ਹੈ, ਮੇਰੇ ਕੋਲ ਤਾਂ, ਮੈਂ ਤੈਨੂੰ ਗੱਲ ਉਹ ਗੱਲ ਸੁਣ ਗੱਲ ਸੁਣ ਮਿੱਤਰਾ ਗੱਲ ਸੁਣ ਮਰਜ਼ਾਦਾ ਜੀ ਰਹੀ ਗੱਲ ਕਰਦਾ, ਸੁਣ ਮੇਰੀ ਗੱਲ, ਉਹ ਗੱਲ ਸੁਣ ਗੱਲ ਸੁਣ ਮੇਰੀ, ਇੱਡਾ ਵੱਡਾ ਤਾਮ ਜਾਮ ਐਡ ਤੇ ਲਾ ਰਿਹਾ ਆਪਾਂ, ਇੱਡਾ ਵੱਡਾ ਪ੍ਰਮੋਸ਼ਨਾਂ ਤੇ ਲਾ ਰਿਹਾ, ਇਹ ਪੈਸਾ 10000 ਰੁਪਇਆ 20000 ਰੁਪਏ ਦਾ ਕੰਮ ਅਸੀਂ ਕਰਦੇ ਲਾਉਣੇ, 20-20 ਲੱਖ ਦੇ ਫਾਈਲਾਂ ਉਹ ਯਾਰ, ਚਾਹੇ ਅਸੀਂ 40 ਲੱਖ ਲਈਏ, ਅਸੀਂ ਆਪਣੇ ਤਜਰਬੇ ਦਾ ਲੈਣੇ ਆ ਯਾਰ, ਮੇਰੇ ਕਹਿੰਦੇ ਮੈਨੂੰ ਕੋਈ ਚੱਕਰ ਨਹੀਂ, ਮੇਰੀ ਗੱਲ ਸੁਣ, ਤੂਰੇ ਡਾਕਟਰਾਂ ਨੂੰ ਕਹਿਣ ਲੱਗ ਜਾ ਵੀ ਇੱਕ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ ਉਹਦੇ ਚ, ਉਹ ਇੱਕ ਤੇਰੇ ਤੇ ਜਿਹੜਾ ਚੈਨੀ, ਮੇਰੀ ਗੱਲ ਸੁਣ, ਉਹ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਚੈਨੀ ਫਿਰ ਹੁਣ ਤੂੰ ਵੀ, ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਤਾਂ ਕਰਵਾਉਂਗਾ ਉਹ ਪਰਚੇ ਪੁਰਚੇ ਮੇਰੇ ਵਾਲਾ ਪਰ, ਗੱਲ ਸੁਣ, ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ ਵੀ ਇੱਕ ਵਕੀਲ 5000 ਲੈਂਦਾ, ਤੂੰ 50 ਕਾਹਦਾ ਲੈਣਾ, ਫਿਰ ਡਾਕਟਰਾਂ ਨੂੰ ਕਹਿ ਦੇ ਵੀ ਇੱਕ ਡਾਕਟਰ 50 ਰੁਪਏ ਚ ਦਵਾਈ ਦਿੰਦਾ, ਇੱਕ 5000 ਚ ਦਿੰਦਾ, ਕਿਉਂ ਦਿੰਦਾ ਬਾਈ? ਸਾਡੇ ਕੋਲ ਲੈਣ ਕੇ ਆਉਣੇ, ਫਿਰ ਇਹ ਬੰਦਿਆਂ ਨੇ ਮੂਹਰੋਂ ਪੱਖ ਰੱਖਿਆ, ਬੰਦਿਆਂ ਨੇ ਮੂਹਰੋਂ ਗੱਲ ਕਹੀ ਹੈ, ਕਹਿੰਦੇ ਐਂ ਕਰਕੇ ਐਂ ਗੱਲ ਹੈ, ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ, ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ, ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ, ਉਹਨੇ ਪੱਖ ਖੋਲ੍ਹ ਲਿਆ, ਫਿਰ ਕਰਾ ਦੋ ਕੰਮ, ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫੋਟੋ, ਕਿੱਡੀ ਕੁ ਵੱਡੀ ਨਾ ਨਾ ਉਹ ਤੂੰ ਸਾਡਾ, ਮੇਰੀ ਗੱਲ ਸੁਣ, ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ,
ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ। ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ, ਮੇਰੀ ਪਾਸਪੋਰਟ ਦਾ ਕਿੱਡੀ ਕੁ ਵੱਡੀ ਗੱਲ, ਇੰਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ, ਅੱਛਾ ਜਵਾਕ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜਾਂਦੇ ਹੋ? ਅੱਛਾ ਜ਼ਿੰਦਗੀ ਫਰਜ਼ ਕਰੋ, ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਬੰਦਾ ਸਹੀ ਕੰਮ ਨਹੀਂ ਹੋਇਆ, ਤੁਸੀਂ ਕੰਮ ਸਹੀ ਕਰ ਦੋ, ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਲਿਆ, ਤੈਂ ਸਾਨੂੰ ਠੱਗ ਕਿਹਾ, ਤੈਂ ਸਾਨੂੰ ਠੱਗ ਕਿਹਾ। ਮੇਰੀ ਗੱਲ ਸੁਣ, ਅਸੀਂ 15,000 ਬੱਚਿਆਂ ਦੀ ਜ਼ਿੰਦਗੀ ਬਣਾਤੀ, 15,000 ਬੱਚਾ ਬਾਹਰ ਭੇਜਤਾ, ਇਹ ਬੰਦੇ ਨੂੰ ਇੱਕ ਦੀ ਨਾ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿਆ ਲਿਆ ਵਾ, ਤਾਂ ਦਿਖਾ ਦੇ ਸਾਨੂੰ ਜੇ ਨਹੀਂ ਗੱਲ ਸਮਝ ਆਉਂਦੀ, ਪ੍ਰੂਫ ਵੀ ਕੋਈ ਹੁੰਦਾ, ਉਹ ਤੂੰ ਪ੍ਰੂਫ ਤਾਂ ਮੰਗਾਉਂਦਾ, ਕੋਈ ਸਾਡਾ ਵੀ ਪੱਖ ਸੁਣਦਾ? ਥਾਣੇ ਚ ਅਸੀਂ ਕੰਪਲੇਂਟ ਕਰੀ ਹੋਈ ਹੈ, ਥਾਣੇ ਚ ਅਸੀਂ ਉਹਨਾਂ ਦੇ ਖਿਲਾਫ਼ ਕੰਪਲੇਂਟ ਕਰੀ ਹੋਈ, ਉੱਥੇ ਕਾਹਤੇ ਨਹੀਂ ਆਉਂਦੇ ਉਹ? ਮਸਲੇ ਦਾ ਤੂੰ ਕੌਣ ਹੁੰਦਾ? ਤੂੰ ਕਿਹੜੀ ਅਥਾਰਟੀ ਹੈ ਮੈਨੂੰ ਐਂ ਤਾਂ ਦੱਸ ਦੇ, ਤੂੰ ਜੱਜ ਹੈ, ਵਕੀਲ ਹੈ, ਡੀਐਸਪੀ ਹੈ? ਤੇਰੀਆਂ ਲੱਤਾਂ ਨੇ ਭਾਰ ਨੀ ਝੱਲਣਾ, ਤੂੰ ਬਕਵਾਸ ਨਾ ਮਾਰ, ਮੈਂ ਤੈਨੂੰ ਦੱਸਿਆ ਮੈਂ, ਤੂੰ ਤੇਰੀਆਂ ਲੱਤਾਂ ਭਾਰ, ਤੂੰ ਕੋਰਟ ਚ ਆਈ, ਤੇਰੀਆਂ ਲੱਤਾਂ ਨੇ ਭਾਰ ਨੀ ਝੱਲਣਾ, ਕੱਫਣ ਬੰਨ ਕੇ ਚੱਲਦਾ ਤੇਰੇ ਵਰਗੇ ਲੋਕਾਂ ਕਰਕੇ ਉਰੇ ਕੋਈ ਵਪਾਰ ਨੀ ਕਰਨਾ ਚਾਹੁੰਦਾ। ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ, ਬਸ ਐ ਝੱਗ ਸਿੱਟਣੀ ਆਉਂਦੀ ਤੈਨੂੰ, ਤੈਨੂੰ ਝੱਗ ਸਿੱਟਣੀ ਆਉਂਦੀ ਬਸ। ਤੂੰ ਤਰਕ ਨਾਲ ਗੱਲ ਕਰ, ਫਿਰ ਤੂੰ ਕੋਰਟ ਦੇ ਬਾਹਰ ਬੈਠੇ ਕਰ, ਤੂੰ ਉੱਥੇ ਲੋਕ 5-5 ਸਾਲਾਂ ਦੇ ਉੱਥੇ ਉਹ ਕਰਦੇ ਸਾਰਿਆਂ ਨੇ, ਥਾਣੇ ਕੋਲ ਬੈਠੇ ਗਾ, ਉੱਥੇ ਮੇਜ਼ ਲਾ ਕੇ ਆਪਣਾ ਆਜੂਗਾ ਟਾਈਮ ਤੇਰਾ, ਹਾਂ ਹਾਂ ਅਜੇ ਆਇਆ ਪਿਆ ਬਸ। ਉਹ 1500 ਕਰੋੜ ਨੀ, ਉਹ ਥੋੜਾ ਕਹਿ ਗਿਆ, ਤੂੰ ਤਾਂ ਉਹ 1500 ਕਰੋੜ ਨੀ, ਘੱਟ ਕਹਿ ਗਿਆ ਤੂੰ ਮਾਮਾ, ਸਾਡੀ ਬੇਇੱਜ਼ਤੀ ਕਰੀ ਜਾਂਦਾ, 1500 ਕਰੋੜ ਕਹਿ ਕੇ ਘੱਟ ਕਰੀ ਜਾਂਦਾ, ਹੋਰ ਥੋੜਾ ਜਿਹਾ ਹੋਰ ਵੱਧ ਕਹਿ, ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ, ਕਿਸੇ ਨੂੰ ਠੱਗ ਲਿਆ? ਉਹ ਕਿਸੇ ਦੇ ਕਹਿਣ ਨਾਲ, ਮੈਂ ਕਹਿ ਦਿੰਦਾ ਵੀ ਤੈਂ ਮੇਰੇ ਨਾਲ ਠੱਗੀ ਮਾਰ ਲਈ, ਫਿਰ ਸੱਚ ਹੋ ਗਿਆ, ਉਹਨਾਂ ਨੂੰ ਕਹਿ ਸਬੂਤ ਦੇ, ਸਬੂਤ ਕਿੱਥੇ ਉਹਨਾਂ ਕੋਲ, ਸਬੂਤ ਤਾਂ ਦਿਖਾ ਦੇ, ਉਹ ਰੱਖੀ ਜਾਂਦੇ ਅਨਪੜ੍ਹਾ, ਪੜ੍ਹਤਾ ਲੈ ਉਹਦੇ ਪਰ ਲਿਖਿਆ ਵਾ ਇਹ ਕਰ ਲੈ, ਕਰ ਤੂੰ ਜੋ ਕਰਨਾ ਕਰ ਲੂਗਾ, ਜਾਓ।
ਤੂੰ ਸਾਡੇ ਖਿਲਾਫ ਅੱਜ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਲੱਤਾਂ ਭਰ ਜਾਂਦੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ ਚ ਜਾਊਂਗਾ ਤੇਰੇ ਖਿਲਾਫ ਜਿੰਦਗੀ ਜੇਲ ਚ ਕੱਟਣੀ ਹੈ ਹੋਰ ਕਟਾਲਾ ਯਾਰ ਤੂੰ ਕਟਾਊਂਗਾ ਕਟਾਲਾ ਕੋਈ ਨਾ ਜਿੰਨਾ ਤੂੰ ਕਟਾ ਲਈ ਕੋਈ ਨਾ ਆਹ ਕਟਾਊਂਗਾ ਮੈਂ ਤਾਂ ਕੋਈ ਨਾ ਕਟਾ ਲਈ ਜਾ ਹਾਂ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਤੇਰੇ ਕਹਿੰਦੇ ਤੂੰ ਕੋਈ ਅਥਾਰਟੀ ਆ ਅਸੀਂ ਤੇਰੇ ਕੋਲ ਕਿਆ ਕਰਨ ਆਉਣਾ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਤੂੰ ਕੱਲੇ ਹੀ ਸੱਚਾ ਹੈ ਬਸ ਤੂੰ ਸੱਚੇ ਵਾਲੀ ਗੱਲ ਨੀ ਮੇਰੀ ਗੱਲ ਕੱਲੇ ਦੀ ਗੱਲ ਕਰਦਾ ਤੂੰ ਮੇਰੀ ਗੱਲ ਥੋੜਾ ਕੱਲੇ ਦੀ ਗੱਲ ਕਰਦਾ ਆਹ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰ ਵੀ ਕਹਿੰਦੇ ਸੀਗੇ ਇਹੋ ਜਿਹੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਪਹਿਲਾਂ ਫਿੱਟਾ ਜਦੋਂ ਇੱਥੇ ਪਤਾ ਲੱਗ ਰਿਹਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਹੁਣ ਕਰ ਲੈ ਸੜਕਾਂ ਜਾਮ ਤੂੰ ਰੋਜ਼ ਕਰ ਲੈ ਕਰ ਚੱਲ ਉਹ ਦੱਸ ਦੇ ਫਿਰ ਕਿੰਨੇ ਹੁੰਦੇ ਇਕੱਠੇ ਹੁਣ ਤਾਂ ਤੂੰ ਜੋ ਮਰਜ਼ੀ ਬਕਵਾਸ ਮਾਰੀ ਆ ਤੇਰੇ ਕੋਲ ਕਿਆ ਪ੍ਰੂਫ ਹੈ ਮੈਂ ਤੈਨੂੰ ਪ੍ਰੂਫ ਦਿੰਦਾ ਮੈਂ ਪ੍ਰੂਫ ਪਾਉਣਾ ਪ੍ਰੂਫ ਕਿੱਥੋਂ ਦਾ ਦਫ਼ਤਰ ਸੀ ਇਹਨਾਂ ਦਾ ਮੋਹਾਲੀ ਵਾਲਾ ਦਫ਼ਤਰ ਸੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕਹਿਣ ਤੇ ਵਾਪਸ ਕਰਾਇਆ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਤੋਂ ਵੀਜ਼ਾ ਲਵਾ ਲਿਆ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦੋ ਧਿਆਨ ਨਾਲ ਜਿਹੜੇ ਰਸਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਰਟ ਕਚਹਿਰੀ ਵਾਲੇ ਧਾਨਿਆ ਤੈਂ ਸ਼ੁਰੂਆਤ ਕਰੀ ਹੈ ਸ਼ੁਰੂਆਤ ਕਰੀ ਹੈ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀ ਐਂਡ ਅਸੀਂ ਕਰਾਂਗੇ ਬਸ ਠੀਕ ਹੈ ਓਕੇ।